ਹੋਲੀ ਦੇ ਤਿਉਹਾਰ ਤੇ ਪਈ ਕੋਰੋਨਾ ਵਾਇਰਸ ਦੀ ਮਾਰ, ਗ੍ਰਾਹਕਾਂ ਦੀ ਉਡੀਕ ਕਰ ਰਹੇ ਹਨ ਦੁਕਾਨਦਾਰ। ਬੀਤੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਭਾਵੇਂ ਸ਼ਹਿਰ ਵਿੱਚ ਹੋਲੀ ਦੇ ਤਿਉਹਾਰ ਸੰਬੰਧੀ ਦੁਕਾਨਾਂ ਸੱਜ ਗਈਆਂ ਹਨ, ਪਰੰਤੂ ਪਿਛਲੇ ਸਾਲਾਂ ਦੇ ਮੁਕਾਬਲੇ ਹੋਲੀ ਦਾ ਬਾਜ਼ਾਰ ਕਾਫੀ ਠੰਡਾ ਹੈ। ਸ਼ਹਿਰ ਦੀ ਲਗਭਗ ਹਰੇਕ ਮਾਰਕੀਟ ਵਿੱਚ ਹੋਲੀ ਦੇ ਰੰਗ, ਪਿਚਕਾਰੀਆਂ ਤੇ ਹੋਲੀ ਨਾਲ ਸੰਬੰਧਿਤ ਸਮਾਨ ਵੇਚਣ ਵਾਲਿਆਂ ਦੀਆਂ ਦੁਕਾਨਾਂ ਸੱਜ ਗਈਆਂ ਹਨ ਅਤੇ ਬੱਚਿਆਂ ਲਈ ਹਥਿਆਰਨੁਮਾ ਪਿਚਕਾਰੀ, ਖਿਲੌਣੇ ਵੀ ਵਿਕਣ ਲਈ ਰੱਖੇ ਗਏ ਹਨ, ਪਰੰਤੂ ਗ੍ਰਾਹਕਾਂ ਦੀ ਘਾਟ ਕਾਰਨ ਦੁਕਾਨਦਾਰ ਮਾਯੂਸ ਦਿਖ ਰਹੇ ਹਨ। ਹੋਲੀ ਦਾ ਸਮਾਨ ਵੇਚ ਰਹੇ ਦੁਕਾਨਦਾਰ ਵਰਿੰਦਰਪਾਲ ਸਿੰਘ ਨੇ ਇਸ ਸੰਬੰਧੀ ਕਿਹਾ, ਬਾਹਰ ਤਾਂ ਬਹੁਤ ਵਧੀਆ ਹੈ ਜੀ, ਲੇਕਿਨ ਕੀ ਹੈ ਵੀ ਥੋੜ੍ਹਾ ਜਿਹਾ ਇਫੈਕਟ ਪੈ ਗਿਆ ਕੋਰੋਨਾ ਵਾਇਰਸ ਦੇ, ਲੋਕਾਂ ਦਾ ਜਿਹੜਾ ਵਹਿਮ ਹੈਗਾ ਉਹਦੇ ਕਰਕੇ ਥੋੜ੍ਹਾ ਫਰਕ ਪੈ ਗਿਆ, ਵਰਨਾ ਕੋਈ ਦਿੱਕਤ ਨਹੀਂ ਹੈ। ਬਹੁਤ ਵਧੀਆ ਸਾਡੇ ਕੋਲ ਤਾਂ ਇੰਡੀਅਨ ਕਲਰਸ ਨੇ ਅਤੇ ਪਿਚਕਾਰੀ ਵੀ ਸਾਡੀ ਕਾਫੀ ਕੁਛ ਅਸੀਂ ਇੰਡੀਅਨ ਹੀ ਰੱਖੀ ਹੋਈ ਹੈ ਜਿਹੜੀ ਆਪਣੇ ਗੁਜਰਾਤ ਦੀਆਂ ਇੱਧਰ ਬਣਦੀ ਹੈ, ਠੀਕ ਹੈ ਜੀ। ਬਾਕੀ ਲੋਕਾਂ ਦੇ ਮਨ ਦੇ ਜਿਹੜਾ ਵਹਿਮ ਬੈਠ ਗਿਆ ਜਾਂ ਵੀ ਚਾਈਨਾ ਦੇ ਹੋਣ ਕਰਕੇ ਵੀ ਕੋਰੋਨਾ ਵਾਇਰਸ ਦਾ ਨੈਗੇਟਿਵ ਇਫੈਕਟ ਆਏਗਾ, ਫਰਕ ਜ਼ਰੂਰ ਹੈਗਾ ਹੈ, ਬਟ ਚਲੋ ਇੰਨਾ ਨਹੀਂ ਹੈ ਤਾਂ ਛੋਟ ਸਾਡੇ ਕੋਲ ਕੰਮ ਦੇ ਕੋਈ ਕਮੀ ਨਹੀਂ ਰਹੀ, ਠੀਕ ਹੈ ਜੀ। ਕਲਰਸ ਦੀ ਰੇਂਜ ਬਹੁਤ ਜ਼ਿਆਦਾ ਹੋਣ ਕਰਕੇ ਲੋਕ ਕਸਟਮਰ ਆਪਣੇ ਆਪ ਹੀ ਅਟਰੈਕਟ ਹੋ ਰਿਹਾ, ਠੀਕ ਹੈ ਜੀ। ਅਤੇ ਬਾਕੀ ਬਹੁਤ ਵਧੀਆ, ਬਾਕੀ ਨੈਗੇਟਿਵਿਟੀ ਇਹ ਹੈ ਵੀ ਥੋੜ੍ਹਾ ਸੇਲ ਦਾ ਲੋਸ ਹੋਇਆ, ਜੋ ਸਾਨੂੰ ਐਕਸਪੈਕਟੇਸ਼ਨ ਸੀਗੀਆਂ ਉਹ ਨਹੀਂ ਪੂਰੀਆਂ ਹੋ ਪਾਈਆਂ, ਸਿਰਫ ਜਸਟ ਇੱਕ ਲੋਕਾਂ ਦੀ ਅਫਵਾਹ ਕਰਕੇ ਵੀ ਚਾਈਨਾ, ਜਦਕਿ ਇਹ ਚਾਈਨਾ ਤੋਂ ਮਾਲ ਨਵੰਬਰ 'ਚ ਨਿਕਲ ਜਾਂਦਾ ਅਤੇ ਦਸੰਬਰ 'ਚ ਇੱਥੇ ਪੈਂਦਾ, ਅਤੇ ਕੋਰੋਨਾ ਵਾਇਰਸ 4 ਜਿਹੜਾ ਹੈਗਾ ਜਨਵਰੀ 'ਚ ਪੈਦਾ ਹੋਇਆ, ਤਾਂ ਵਹਿਮ ਕਰਕੇ ਥੋੜ੍ਹਾ ਬਹੁਤਾ ਨੁਕਸਾਨ ਤਾਂ ਜ਼ਰੂਰ ਹੋਇਆ, ਪਰ ਫਿਰ ਵੀ ਅਸੀਂ ਆਪਣੇ ਦੇ ਅਕੋਰਡਿੰਗ ਕਹਾਂਗੇ ਸਰ ਠੀਕ ਹੈ, ਬਟ ਨੁਕਸਾਨ ਹੈਗਾ। ਤੁਹਾਡੇ ਕੋਲ ਚਾਈਨਾ ਦੀ ਆਈਟਮ ਕੋਈ ਨਹੀਂ? ਸਾਡੇ ਕੋਲ ਚਾਈਨਾ ਦੀ ਆਈਟਮ ਹੈਗੀ ਹੈ ਜੀ, ਦੇਖੋ ਉਹਦੇ ਬਿਨਾਂ ਨਹੀਂ, ਰੇਂਜ ਨਹੀਂ ਪੂਰੀ ਹੁੰਦੀ, ਬਟ ਇਹ ਵੀ ਉਹ ਨਵੰਬਰ 'ਚ ਹੀ ਆ ਜਾਂਦਾ ਸਾਡੇ ਕੋਲ, ਨਵੰਬਰ ਦਸੰਬਰ 'ਚ ਸਾਡੇ ਕੋਲ ਪਹੁੰਚ ਜਾਂਦਾ, ਅਸੀਂ ਪਹਿਲਾਂ ਹੀ ਸਟੋਕ ਹੈ, ਅਤੇ ਇਸ ਲਈ ਵਾਇਰਸ ਵਾਲਾ ਸਿਸਟਮ ਤਾਂ ਸਾਡੇ ਕੋਲ ਹੈ ਹੀ ਨਹੀਂ ਨਾ, ਉਹ ਵਾਲਾ ਪ੍ਰੋਡਕਟ ਹੀ ਨਹੀਂ ਹੈਗਾ, ਜਨਵਰੀ ਦੇ ਵਿੱਚ ਪਰਚੇਜ਼ ਸਾਡੀ ਹੈ ਹੀ ਨਹੀਂ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਵੀ ਇਸ ਬਿਮਾਰੀ ਦੇ ਚਲਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਇਕੱਠ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ, ਤਾਂ ਜੋ ਇਸ ਬਿਮਾਰੀ ਦੇ ਫੈਲਣ 'ਤੇ ਰੋਕ ਲਗਾਈ ਜਾ ਸਕੇ। ਇਸ ਸਾਰੇ ਕੁਝ ਦਾ ਸਿੱਧਾ ਅਸਰ ਦੁਕਾਨਦਾਰਾਂ 'ਤੇ ਪੈ ਰਿਹਾ ਹੈ, ਜਿਨ੍ਹਾਂ ਦਾ ਸਮਾਨ ਨਾ ਵਿਕਣ ਕਾਰਨ ਉਹਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਖਰੜ ਦੇ ਬਾਜ਼ਾਰਾਂ ਵਿੱਚ ਇਸ ਵਾਰ ਚੀਨੀ ਰੰਗਾਂ ਅਤੇ ਪਿਚਕਾਰੀਆਂ ਦੀ ਬਜਾਏ ਸ਼ਹਿਰ ਵਿੱਚ ਸਵਦੇਸ਼ੀ ਪਿਚਕਾਰੀਆਂ ਅਤੇ ਰੰਗਾਂ ਦੀ ਵਿਕਰੀ ਹੋ ਰਹੀ ਹੈ ਅਤੇ ਸ਼ਹਿਰ ਦੀਆਂ ਦੁਕਾਨਾਂ 'ਤੇ ਮੇਡ ਇਨ ਇੰਡੀਆ ਦਾ ਟੈਗ ਲੱਗੀਆਂ ਪਿਚਕਾਰੀਆਂ ਦਿਖ ਰਹੀਆਂ ਹਨ। ਇਸ ਤੋਂ ਪਹਿਲਾਂ ਹਰ ਸਾਲ ਬਾਜ਼ਾਰ ਵਿੱਚ ਚੀਨੀ ਸਮਾਨ ਸਸਤਾ ਕਹਿ ਕੇ ਵੇਚਿਆ ਜਾਂਦਾ ਸੀ, ਪਰੰਤੂ ਇਸ ਵਾਰ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਚੀਨ ਦੇ ਮਾਲ 'ਤੇ ਰੋਕ ਲੱਗ ਗਈ ਹੈ। ਇਸ ਵਾਰ ਰੰਗ ਅਤੇ ਪਿਚਕਾਰੀਆਂ ਦਿੱਲੀ, ਯੂਪੀ, ਲੁਧਿਆਣਾ, ਅੰਬਾਲਾ, ਅੰਮ੍ਰਿਤਸਰ ਤੋਂ ਲਿਆ ਕੇ ਵੇਚੀਆਂ ਜਾ ਰਹੀਆਂ ਹਨ। ਮੋਹਾਲੀ ਤੋਂ ਆਰ ਪੀ ਵਾਲੀਆ ਅਤੇ ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ।